ਨਾਮ ਕੀ? ਮੈਂ ਨਮਸਤੇ ਜੀ ਸਾਰਿਆਂ ਨੂੰ, ਮੇਰਾ ਨਾਮ ਪ੍ਰਵੀਨ ਕੁਮਾਰ ਘੁੰਮਰਾ, ਸ਼ਹਿਰ ਬਟਾਲਾ, ਮੇਰਾ ਡਿਸਟ੍ਰਿਕਟ ਗੁਰਦਾਸਪੁਰ ਜੀ। ਅਤੇ ਆ ਹੁਣ ਲੋਕਡਾਊਨ ਦੀ ਮੈਂ ਦੱਸਣ ਲੱਗਾ ਆਪਣੇ ਫੋਟੋਗ੍ਰਾਫਰ ਵੀਰਾਂ ਭਰਾਵਾਂ ਦੀ ਕਹਾਣੀ ਕਿ ਇਹਨਾਂ ਨਾਲ ਬੀਤਰੀ ਹੈ ਵਿਚਾਰਿਆਂ ਨਾਲ, ਕਿ ਇਹਨਾਂ ਨੇ ਮਹਾਰਾਜ ਪਹਿਲਾਂ ਵਿਆਹ ਹੁੰਦਾ ਸੀਗਾ ਨਾ, ਇਹਨਾਂ ਨੇ ਘੱਟੋ ਘੱਟ ਬਹੁਤੇ ਵੀ ਤਾਂ 7-8 ਕੈਮਰੇ ਲੈ ਜੇ ਵਿਆਹ 'ਚ, ਕੋਈ ਉੱਧਰੋਂ ਆ ਰਿਹਾ ਵਾ, ਕੋਈ ਉੱਧਰੋਂ ਆ ਰਿਹਾ ਵਾ, ਕੋਈ ਉੱਧਰੋਂ ਆ ਰਿਹਾ ਵਾ। ਅਤੇ ਜੇ ਮੇਰੇ ਵਰਗਾ ਕੋਈ 90 ਨੰਬਰ ਲੈ ਕੇ ਆ ਗਿਆ, ਉਹਨੂੰ ਕੰਮ ਹੀ ਨਹੀਂ ਇਹਨਾਂ ਨੇ ਕਰਨ ਦੇਣਾ, ਉਹਨੂੰ ਟਿਕਣ ਹੀ ਨਹੀਂ ਦੇਣਾ। ਹੁਣ ਇੱਦਾਂ ਦਾ ਪਰਮਾਤਮਾ ਦੇ ਕੋਈ ਚੱਕਰ ਆਇਆ ਵਾ ਫੁਕਰੇ ਫੋਟੋਗ੍ਰਾਫਰਾਂ ਵਾਸਤੇ, ਹੁਣ ਵੱਧ ਤੋਂ ਵੱਧ 1-2 ਕੈਮਰੇ, ਹੁਣ 7 ਕੈਮਰੇ ਕਿੱਥੇ ਗਏ, ਹੁਣ 8 ਕੈਮਰੇ ਕਿੱਥੇ ਗਏ ਨੇ। ਤਾਂ ਇਹਨਾਂ ਨੇ ਵਕਤ ਪਾਇਆ ਹੁੰਦਾ ਸੀ ਸ਼ਹਿਰ ਦੇ ਵਿੱਚ ਫੋਟੋਗ੍ਰਾਫਰਾਂ ਲੋਕਾਂ ਨੂੰ, ਕਿ ਇੱਦਾਂ ਇਹਨਾਂ ਨੇ ਕੰਮ ਕਰਦੇ ਹੁੰਦੇ ਸੀ, ਕਿੱਦਾਂ ਕਰਦੇ ਹੁੰਦੇ ਆਹ ਵੇਖੋ। ਅਤੇ ਭਾਅ ਜੀ ਮੇਰੇ ਨਾਲ ਆਏ ਸੀ ਵਿਚਾਰੇ, ਕਿ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਵਾ ਕੀ ਬੀਤੀ ਜਾਣ ਦੀ ਫੋਟੋਗ੍ਰਾਫ ਜਿਹੜਾ ਭਾਅ ਜੀ, ਜਿਹਨਾਂ ਨੇ ਇੰਨੇ ਮਹਿੰਗੇ ਕੈਮਰੇ ਲੈ ਲਏ ਆ, ਕੀ ਮਤਲਬ ਕਿ ਕੰਮ ਨਹੀਂ ਕਰਨਗੇ? ਫੁਕਰਾ ਕੰਮ ਸੀਗਾ, ਕਿਸੇ ਨੇ ਮਾਰਕ 7 ਲੈ ਲਿਆ, ਕਿ ਮਾਰਕੀਟ ਲੈ ਲਿਆ, ਹੁਣ ਕਿਸ਼ਤਾਂ ਲਾਉਣ ਦੇ ਨੇ, ਬਜਾਜ ਲੈਂਸ ਵਾਲੇ ਉਹਨਾਂ ਦੇ ਘਰ ਫੇਰੇ ਮਾਰਨ ਦੇ ਨੇ, ਭਾਅ ਜੀ ਸਾਡੇ ਪੈਸੇ ਦੇ ਜੋ, ਸਾਡੇ ਪੈਸੇ ਦੇ ਜੋ, ਕੀ ਮੁੱਲ ਉਹੋ ਜਿਹੇ ਕੈਮਰੇ ਲਾਉਣ ਦਾ? ਹਾਂਜੀ ਪਹਿਲਾਂ ਦੇਖੋ ਭਾਅ ਜੀ ਕਿੱਦਾਂ ਹੁੰਦਾ ਇਹ, 7-7 ਮਾਰੇ ਪਏ, ਜੋ ਕੋਈ ਨੇ ਉੱਧਰੋਂ ਲਾਇਆ, ਮੈਨੂੰ ਕੱਟ ਲਾਇਆ, ਕਿਹੜੇ ਜੋ ਲਾਇਆ, ਕਿਹੜੇ ਗੁੱਬਲ ਲਾਇਆ, ਕਿਹੜੇ ਭਾਅ ਜੀ ਤਾਂ ਮਨ 90 ਨੰਬਰ ਦਾ ਕੀ ਮਤਲਬ, 90 ਨੰਬਰ ਦਾ ਕੈਮਰਾ ਨਹੀਂ ਹੈਗਾ? ਕੈਮਰਾ ਭਾਅ ਜੀ ਹੈਗਾ, ਉਹਨੂੰ ਮੰਨਦੇ ਨਹੀਂ ਆ। ਦੇਖੋ ਮੇਰੇ ਕੋਲ ਹੈਗਾ ਵਾ 90 ਨੰਬਰ, ਦੇਖੋ ਮੈਂ ਤੁਹਾਨੂੰ ਦਿਖਾਉਣਾ ਭਾਅ ਜੀ, ਵੇਖੋ ਮੈਂ ਇੰਨੇ ਵਿਆਹ ਖਿੱਚਦੇ ਹਾਂ, ਮੈਨੂੰ ਕਦੀ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਕੈਮਰਾ ਕਿਹੜਾ ਲੈ ਆਇਓ। ਆਹ ਫੋਟੋਗ੍ਰਾਫਰ ਨਵਾਂ ਹੀ ਪਖੰਡ ਪਾਇਆ ਭਾਅ ਜੀ, DSLR ਲਾਊਗਾ। DSLR ਬੰਦਾ ਪੁੱਛੇ ਹੁੰਦਾ ਕੀ ਹੈ, ਇਹਨਾਂ ਨੂੰ ਆਪਣਾ ਨਹੀਂ ਪਤਾ DSLR ਦਾ ਕੀ ਮਤਲਬ ਆ ਭਾਅ ਜੀ, ਗਾਹਕ ਨੂੰ ਪਤਾ DSLR ਕੀ ਹੈ ਭਾਅ ਜੀ? ਪਰ ਜਿਹੜੇ 90 ਨੰਬਰ ਕੈਮਰਾ ਲਾਉਂਦੇ ਆ, ਲੋਕ ਕਹਿੰਦੇ ਕਿ ਸਾਡੇ ਕੋਲ ਕੈਮਰੇ ਵੇਖੋ, ਆਪਾਂ ਹਾਈਫਾਈ ਕੈਮਰਾ, ਮਤਲਬ ਉੱਚ ਕੁਆਲਿਟੀ ਕੀ ਮਤਲਬ? ਕੁਆਲਿਟੀ ਭਾਅ ਜੀ ਜਦੋਂ ਤਿਆਰ ਹੋ ਕੇ ਕੰਮ ਜਾਂਦਾ ਨਾ, 90 ਨੰਬਰ ਕੀ, 80 ਕੀ, ਉਹ ਕਹਿ ਨਹੀਂ ਸਕਦਾ ਗਾਹਕ ਕਿ 80 ਦਾ ਰਿਜ਼ਲਟ ਵਾ, ਇਹ 90 ਨੰਬਰ ਦੀ ਭਾਅ ਜੀ ਕੁਆਲਿਟੀ, ਇਹ ਸਾਡੀ ਗਰੰਟੀ, ਸਾਡਾ ਕੰਮ ਚੈੱਕ ਕਰ ਲੈਣ। ਸਾਨੂੰ ਕਦੀ ਅੱਜ ਤੱਕ ਗਾਹਕ ਨੇ ਨਹੀਂ ਕਿਹਾ ਭਾਅ ਜੀ DSLR ਲਾਓ ਜਾਂ ਫਲਾਣਾ ਲਾਓ, ਸੇਲ ਵਾਲਾ ਕਹੀਦਾ ਭਾਅ ਜੀ ਆਖੋ DSLR ਲਾ ਲੈ। ਮਤਲਬ ਆ ਫਿਰ ਆਪਾਂ ਲੋਕ ਦੱਸਦੇ ਉਹਨਾਂ ਨੂੰ ਕਿ ਆ 90 ਨੰਬਰ ਆ ਜਾ ਕੇ? ਹਾਂ ਸਾਨੂੰ ਕਦੀ ਗਾਹਕ ਨੇ ਪੁੱਛਿਆ ਨਹੀਂ, ਅਸੀਂ ਆਪਣੇ ਆਪ ਫਿਰ ਅਜੇ ਵੀ ਖਿੱਚੀ ਦੇ ਪ੍ਰੋਗਰਾਮ, ਅੱਜ ਫਿਰ ਖਿੱਚਣ ਆਏ ਭਾਅ ਜੀ ਮਹਾਰਾਜ ਦੀ ਦਿਆਣ ਕੇ, ਤੇ ਵਾਹਾਂ ਮਹਾਂਗੇ ਦੇ ਵਿਆਹ ਮਿਲਿਆ, ਭਾਵੇਂ ਵਿਆਹ ਹੀ ਆ, ਭਾਵੇਂ ਛੋਟਾ ਹੋ ਜਾਏ। ਪਰ ਤੁਸੀਂ ਇਹਨਾਂ ਆਹ ਦੂਜੇ ਫੁਕਰੇ ਫੋਟੋਗ੍ਰਾਫਰਾਂ ਬਾਰੇ ਜਾਂ ਦੂਜੇ ਮਾਰਕ ਬਾਰੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਨਾਂ ਬਾਰੇ ਇਹੀ ਕਹਿੰਦਾ ਕਿ ਹੁਣ ਇਹ ਸ਼ਾਂਤੀ ਦੇ ਨਾਲ ਬਹਿ ਗਏ ਨੇ ਵਿਚਾਰੇ, ਇਹਨਾਂ ਨੇ ਪੁੱਠ ਚੁੱਕਿਆ ਹੁੰਦਾ ਸੀ ਕਿ ਅਸੀਂ 4-4 ਹਜ਼ਾਰ ਦਿਹਾੜੀ ਲੈਣੀ ਹੈ ਭਾਅ ਜੀ, 5 ਹਜ਼ਾਰ ਦਿਹਾੜੀ ਲੈਣੀ ਹੈ, ਕਿਸੇ ਮਾੜੇ ਬੰਦੇ ਨੇ ਕਹਿਣਾ ਭਾਅ ਜੀ ਨੈਚੁਰਲ ਜਿਹਾ ਕੰਮ ਕਰ ਦਿਓ ਮੇਰਾ, ਅਤੇ ਨਹੀਂ ਜੀ ਭਾਅ ਜੀ ਘੱਟ ਵੱਧ ਕਰਨੇ ਨਹੀਂ, ਹੁਣ ਫਿਰ ਕੋਈ ਘੱਟ ਤਾਂ ਬਹਿ ਗਿਆ ਘਰ, ਹੁਣ ਨਾ ਕੈਮਰੇ ਖੜ ਜੋਗੇ ਨੇ, ਨਾ ਵੇਚਣ ਜੋਗੇ ਨੇ, ਸਿਰਫ ਹੁਣ ਕਿਸ਼ਤਾਂ ਐਲਾਨ ਜੋਗੇ ਨੇ। ਇਹ ਮਾਹੌਲ ਭਾਅ ਜੀ 2025 ਤੋਂ ਪਹਿਲਾਂ ਠੀਕ ਨਹੀਂ ਹੋਣਾ, ਭਾਵੇਂ ਕਿੱਦਾਂ ਦੇਣਗੇ ਕੰਮ ਹੈਗਾ ਨਹੀਂ, ਕਿਸ਼ਤਾਂ ਕਿੱਦਾਂ ਦੇਣਗੇ? ਆਹੋ ਹੀ ਦਿਖਾਏ ਉਹਨਾਂ ਨੂੰ ਹੁਣ ਭਾਅ ਜੀ, ਆਪਣਾ ਆਪ ਹੀ ਵੇਚਣਾ ਪਏਗਾ, ਜਾਂ ਇਹ ਹੁਣ ਆਪਣੇ ਆਪ ਹੀ ਉੱਥੇ ਜਾਣਗੇ ਜਿੱਦਾਂ ਵੀ ਹੈ, ਇਹਨਾਂ ਦਾ ਆਪਣੇ ਆਪ ਫਿਲਟਰ ਪਾਟੇਗਾ ਸਾਰਿਆਂ ਦਾ। ਇਹੀ ਮੇਰੀ ਪ੍ਰਵੀਨ ਕੁਮਾਰ ਘੁੰਮਰਾ ਜੀ, ਸ਼ਹਿਰ ਮੇਰਾ ਬਟਾਲਾ ਜੀ, ਤਿਆਰ ਰੱਖਿਓ ਫੋਟੋਗ੍ਰਾਫਰਾਂ ਨੇ, 4-5 ਸਾਲ ਕੈਮਰੇ ਨਹੀਂ ਬਦਲਨੇ, ਇਹ ਮੇਰੀ ਗਰੰਟੀ ਹੈ। ਇਹ ਤਾਂ ਭਾਅ ਜੀ 6 ਮਹੀਨੇ ਨਹੀਂ ਲੱਗਦੇ, Alpha 7 ਆ ਗਿਆ ਜੀ, ਇਹ ਫਲਾਣਾ ਆ ਗਿਆ ਜੀ, 8-100 ਆ ਗਿਆ ਜੀ। ਹਾਂਜੀ ਮਾੜੇ ਬੰਦੇ ਨੂੰ ਇਹਨਾਂ ਨੇ ਮਿੱਟੀ ਕਰਦੇ ਨੇ, ਹੁਣ ਰੱਬ ਨੇ ਵੇਖੋ ਕੈਸਾ ਇਹਨਾਂ ਨੇ ਚੱਕਰ ਚਲਾਇਆ ਜੀ, ਇਹ ਬਹਿ ਗਏ ਨੇ ਇੰਨੀ ਦੇ ਜਵਾਈ ਵਿੰਗਰ।